ਇਹ ਕਹਿੰਦੇ ਆ ਛੁੱਟੀ, ਅੱਜ ਛੁੱਟੀ ਹੋ ਗਈ ਆ। ਜੇ ਤਾਂ ਛੁੱਟੀ ਆ ਤਾਂ ਟੈਕਨੀਕਲੀ ਮੈਂ ਇਹਨਾਂ ਨੂੰ ਕੁਛ ਨਹੀਂ ਕਹਿਣਾ। ਹਾਲੇ ਸਾਰੇ ਭੱਜ ਭੁੱਜ ਗਏ ਆ ਅਤੇ ਕਿੰਨਾ ਚਿਰ ਭੱਜ ਲੈਣਗੇ, ਇੱਦਾਂ ਥੋੜ੍ਹੀ ਗੱਲ ਬਣਨੀ ਹੈ। ਤੁਸੀਂ ਦੇਖ ਲਿਓ ਸਾਰਾ ਇਹਨਾਂ ਦਾ ਵੀਡੀਓ ਆਫਿਸ ਖਾਲੀ ਹੈ ਇਸ ਵਕਤ। ਅਤੇ ਜਿਹਨੂੰ ਕਿਸੇ ਨੂੰ ਦਿੱਕਤ ਆਈ ਫਿਰ ਪ੍ਰਸ਼ਾਸਨ ਜਾਣੇ ਅਤੇ ਕੋਈ ਹੋਰ ਜਾਣੇ, ਇਲੈਕਸ਼ਨ ਇੱਕ ਬੰਨੇ ਰਹਿ ਜਾਣੀ ਆ, ਫਿਰ ਮੈਚ ਮਿਲਣਾ ਪੈਣਾ। ਅੱਜ ਸਾਰੇ ਆ ਖੜ੍ਹੇ ਆ, ਸਰਪੰਚ ਮੈਂਬਰ ਪੰਚਾਇਤ ਅਤੇ ਜਿਹੜੀ ਆ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਅਤੇ NOC ਲੈਣੀ ਆ। ਅਤੇ ਮੈਨੂੰ ਇਹ ਪਤਾ ਲੱਗਾ ਹੁਣ, ਪਹਿਲਾਂ ਤਾਂ ਸਾਰੇ ਅੰਦਰ ਸੀਗੇ ਅਤੇ ਜਿਹੜਾ ਵੀ ਆਉਂਦਾ ਉਹਨੂੰ ਕਹਿੰਦੇ ਆ BDO ਸਾਹਿਬ ਨੇ ਮਨ੍ਹਾ ਕੀਤਾ। ਅਤੇ ਫਿਰ ਮੈਂ ਸੈਕਟਰੀ ਨਾਲ ਗੱਲ ਕੀਤੀ ਇੱਕ ਨਾ, ਉਹ ਕਹਿੰਦਾ ਕਿ BDO ਸਾਹਿਬ ਨੇ ਮਨ੍ਹਾ ਕੀਤਾ, ਅਸੀਂ ਦੇ ਦਿੰਦੇ ਹਾਂ। ਅਤੇ ਮੈਂ ਕਿਹਾ ਇੱਥੇ ਬੈਠੋ, ਮੈਂ ਆ ਗਿਆ, ਮੈਂ ਆਇਆ, ਸਾਰੇ ਭੱਜ ਗਿਆ। ਅਤੇ ਹੁਣ ਮੈਨੂੰ ਇਹ ਪਤਾ ਲੱਗਾ ਜੋ ਇਹਨਾਂ ਦੇ ਮੁਤਾਬਕ ਔਨ ਰਿਕਾਰਡ ਮੈਂ ਤਾਂ ਲਿਆ ਰਿਹਾ ਗੱਲ ਨੂੰ, ਇਹ ਕਹਿੰਦੇ ਜੀ ਛੁੱਟੀ, ਅੱਜ ਛੁੱਟੀ ਹੋ ਗਈ ਆ। ਜੇ ਤਾਂ ਛੁੱਟੀ ਆ ਤਾਂ ਟੈਕਨੀਕਲੀ ਮੈਂ ਇਹਨਾਂ ਨੂੰ ਕੁਛ ਨਹੀਂ ਕਹਿਣਾ, ਕਿਉਂਕਿ ਜਿਹੜਾ ਛੁੱਟੀ ਆ ਮੈਂ ਕਿਸੇ ਇੰਪਲੋਈ ਨੂੰ ਫੋਰਸ ਨਹੀਂ ਕਰ ਸਕਦਾ ਵੀ ਤੁਸੀਂ ਦਿਓ। ਦੇਖੋ ਜੋ ਉਹਨਾਂ ਦੇ ਮੁਤਾਬਕ ਉਹਨਾਂ ਕਿਹਾ ਛੁੱਟੀ ਹੈ, ਇਹ DC ਸਾਹਿਬ ਨਾਲ ਗੱਲ ਕਰਕੇ ਮੈਂ ਰਿਟਨ 'ਚ ਇਸ ਗੱਲ ਨੂੰ ਵੇਰੀਫਾਈ ਕਰਾਂਗਾ, ਫਿਰ ਇੱਥੇ ਐਕਸ਼ਨ ਕਰਾਵਾਂਗਾ ਇਹਨਾਂ ਸੈਕਟਰੀਆਂ 'ਤੇ ਜਾਂ ਸਾਰੇ। ਤੁਸੀਂ ਦੇਖ ਲਿਓ ਸਾਰਾ ਇਹਨਾਂ ਦਾ BDO ਆਫਿਸ ਖਾਲੀ ਹੈ ਇਸ ਵਕਤ। ਸੋ ਇਸ ਕਰਕੇ ਜੇ ਇਹਨਾਂ ਨੂੰ ਅੱਜ ਛੁੱਟੀ ਆ ਤਾਂ ਸੋਮਵਾਰ ਤਾਂ ਨਹੀਂ ਛੁੱਟੀ, ਸੋਮਵਾਰ 9 ਵਜੇ ਜਿਹੜਾ ਇਹਨਾਂ ਦੀਆਂ ਜੋ ਚੁੱਲ੍ਹਾ ਟੈਕਸ ਜਾਂ ਜੋ ਵੀ NOCs ਨੇ ਉਹ ਸਾਰੇ ਇੱਥੇ ਲਾਈਨ 'ਚ ਲੱਗ ਕੇ ਲੈਣਗੇ, ਮੈਂ ਖੁਦ ਆਊਂਗਾ। ਅਤੇ ਜਿਹਨੂੰ ਕਿਸੇ ਨੂੰ ਦਿੱਕਤ ਆਈ ਫਿਰ ਪ੍ਰਸ਼ਾਸਨ ਜਾਣੇ ਅਤੇ ਕੋਈ ਹੋਰ ਜਾਣੇ, ਇਲੈਕਸ਼ਨ ਇੱਕ ਬੰਨੇ ਰਹਿ ਜਾਣੀ ਆ, ਫਿਰ ਮੈਚ ਮਿਲਣਾ ਪੈਣਾ। ਜਿਹੜਾ ਹਾਂਜੀ ਸਾਰੇ ਭੱਜ ਭੁੱਜ ਗਏ ਆ ਅਤੇ ਕਿੰਨਾ ਚਿਰ ਭੱਜ ਲੈਣਗੇ, ਇੱਦਾਂ ਥੋੜ੍ਹੀ ਗੱਲ ਬਣਨੀ ਆ। NOC ਦੇ ਸਾਰਿਆਂ ਨੂੰ ਦੇਣੀ ਪੈਣੀ, ਚੁੱਲ੍ਹਾ ਟੈਕਸ ਵੀ ਦੇਣਾ ਪੈਣਾ, ਲੈਣਾ ਹੀ ਪੈਣਾ। ਵੋਟਰ ਲਿਸਟ ਦੇ ਰਹੇ ਉਹਦੀ ਕਿਤੇ ਫੀਸ ਫੂਸ ਲਈ ਜਾਂਦੇ? ਪਤਾ ਨਹੀਂ, 500 ਰੁਪਈਆ ਕੋਈ ਲੈ ਰਹੇ ਆ, ਹੋ ਸਕਦਾ ਚਲੋ ਉਹਨਾਂ ਨੇ ਫੋਟੋ ਸਟੇਟ ਕਾਪੀਆਂ ਕਰਾ ਰਹੇ ਆ। ਅਤੇ ਐਕਚੁਅਲੀ ਇੱਕਦਮ ਹੀ ਇਲੈਕਸ਼ਨ ਹੋਈ ਆ ਨਾ, ਪਹਿਲਾਂ ਤਾਂ ਸਰਕਾਰ ਕਰਾਉਣ ਦੇ ਰਾਂ 'ਚ ਨਹੀਂ, ਇਹ ਤਾਂ ਹਾਈਕੋਰਟ ਨੇ ਡਾਂਗ ਦੇ ਕੇ ਕਰਾਈ ਆ। ਅਤੇ ਅਫਸਰਾਂ 'ਤੇ ਵੀ ਬਰਡਨ ਹੈਗਾ ਵੀ ਇੱਕਦਮ ਆ ਗਈ ਆ ਇਲੈਕਸ਼ਨ, ਚਲੋ ਉਹ ਤਾਂ ਉਹ ਅਫਸਰ ਦੇਖਣ 'ਤੇ ਸਾਰਾ ਕਰਨ। ਪਰ ਜਿਹੜੀ NOC ਅਤੇ ਚੁੱਲ੍ਹਾ ਟੈਕਸ ਦੀ ਆ, ਸਾਰੇ ਸੈਕਟਰੀਆਂ ਨੂੰ ਵਾਰਨ ਕਰਨਾ ਤੁਹਾਡੇ ਮਾਧਿਅਮ ਰਾਹੀਂ, ਅੱਜ ਭੱਜ ਗਏ ਉਹ, ਕੱਲ੍ਹ ਐਤਵਾਰ ਦੀ ਛੁੱਟੀ ਮਨਾ ਲਓ, ਸੋਮਵਾਰ ਇੱਥੇ ਆਉਣਾ ਵਾ। ਸੋ ਇਸ ਕਰਕੇ ਇਹ ਜੋ ਜਿਹੜੀ NOC ਦੀ ਗੱਲ ਆ ਉਹਦੇ ਲਈ ਤਾਂ ਇਲੈਕਸ਼ਨ ਕਮਿਸ਼ਨ ਲਾਅ ਕਰਤਾ, ਐਫੀਡੇਵਿਟ ਦੇ ਦਿਓ। ਅਤੇ ਜਿਹੜੀ ਚੁੱਲ੍ਹਾ ਟੈਕਸ ਦੀ ਰਸੀਦ ਆ ਉਹ ਇਹਨਾਂ ਨੂੰ ਦੇਣੀ ਪੈਣੀ ਹੈ, ਕਿੰਨਾ ਚਿਰ ਭੱਜ ਲੈਣਗੇ, ਅਜੇ ਵਰਕਿੰਗ ਡੇ 3-4 ਪਏ ਨੇ। ਸੋ ਇਸ ਕਰਕੇ ਮੈਂ ਆਇਆ ਸੀਗਾ, ਪਰ ਜਦੋਂ ਪਤਾ ਲੱਗਾ ਅੱਜ ਕਹਿੰਦੇ ਛੁੱਟੀ ਆ, ਉਹ DC ਸਾਹਿਬ ਤੋਂ ਵੇਰੀਫਾਈ ਕਰਨੇ ਆ, ਰਿਟਨ 'ਚ ਮੈਂ ਹੁਣੇ ਦਊਂਗਾ ਉਹਨਾਂ ਨੂੰ ਵੀ ਦੱਸਿਆ ਜਾਏ ਵੀ ਮੁਲਾਜ਼ਮਾਂ ਅੱਜ ਜਿਹੜੇ ਆਹ ਚੀਜ਼ਾਂ ਉਹ ਕਰਨੀਆਂ, ਲਾਓ ਆ ਕਿ ਨਹੀਂ ਲਾਓ। ਜੇ ਨਹੀਂ ਲਾਓ, ਜੇ ਲਾਓ ਆ ਤਾਂ ਫਿਰ ਉਹ ਇਹਨਾਂ 'ਤੇ ਕਾਰਵਾਈ ਕਰਾਵਾਂਗੇ ਜਿਹੜੇ ਅੱਜ ਇੱਥੋਂ ਹੁਣ ਐਬਸੈਂਟ ਨੇ। ਜੇ ਨਹੀਂ ਲਾਓ ਤਾਂ ਠੀਕ ਆ, ਫਿਰ ਸੋਮਵਾਰ 9 ਵਜੇ ਮਿਲਦੇ ਹਾਂ, ਆਣ ਮਿਲੋ, ਸਜਣਾ ਹੋਏਗਾ ਉਦਣ।